जालंधर के न्यू जवाहरनगर में शाम 20 साल के विद्यार्थी रोबिन की लाश फंदे से लटकती हुई मिली। रोबिन के पिता की पहले ही मौत हो चुकी है और मां डिप्रेशन की मरीज है। बस स्टैंड चौकी इंचार्ज इंद्रपाल सिंह ने बताया कि शाम को न्यू जवाहरनगर की रहने वाली सरोज शर्मा ने सुसाइड की सूचना दी। सरोज ने पुलिस को बताया कि उसकी बहन और भतीजा रोबिन के साथ रहते थे। रोबिन स्टडी में कमजोर था और उसकी 10वीं की कंपार्टमेंट आ चुकी थी। सरोज ने कहा कि उसकी बहन की दिमागी हालत ठीक नहीं है। फैमिली प्रॉब्लम को लेकर रोबिन अक्सर परेशान रहता था। जब वो शाम को 4 बजे लौटी तो उसने देखा कि रोबिन की लाश फंदे से लटक रही है, तो उसने तुरंत बस स्टैंड पुलिस को फोन कर बुलाया। फिलहाल अब पुलिस ने सीआरपीसी की धारा 174 के तहत कार्रवाई कर लाश का पोस्टमार्टम करवा परिजनों को सौंप दिया है। ਇਸ ਸੰਬੰਧ ਇੰਚਾਰਜ ਚੌਕੀ ਨੂੰ ਇਤਲਾਹ ਮਿਲੀ ਅਤੇ ਫਿਰ ਅਸੀਂ ਇੱਥੇ ਮੌਕੇ 'ਤੇ ਆਏ। ਮੌਕੇ 'ਤੇ ਆਣ ਕੇ ਦੇਖਿਆ ਕਿ ਇਹਨੇ ਬਾਹਰ ਲਿਆ ਇਹ ਲੜਕੇ ਨੇ, ਅਤੇ ਪਤਾ ਕੀਤਾ ਕਿ ਇਹਦੇ ਘਰਦਿਆਂ ਨੂੰ ਪੁੱਛਿਆ ਦੀ ਮਾਸੀ ਨੂੰ, ਮਾਸੀ ਸਰੋਜ ਹੈ ਸ਼ਰਮਾ, ਸਰੋਜ ਸ਼ਰਮਾ, ਉਹਨਾਂ ਨੇ ਕੀਤਾ ਕਿ ਕਹਿੰਦੇ ਕਾਫੀ ਦੇਰ ਤੋਂ ਪਛਾਣ ਸੀ, ਡਿਪਰੈਸ਼ਨ ਰਹਿੰਦਾ ਸੀ ਅਤੇ ਪੜ੍ਹਾਈ 'ਚੋਂ ਇਹਦੇ ਨੰਬਰ ਨੁੰਬਰ ਘੱਟ ਹੀ ਸੀ ਅਤੇ ਪਰੇਸ਼ਾਨ ਤੰਗ ਪਰੇਸ਼ਾਨ, ਲੇਕਿਨ ਇਹ ਕਾਰਨ ਨਹੀਂ ਕੋਈ ਵੀ ਕਰਦਾ ਸਾਨੂੰ। ਇਸ ਕਰਕੇ ਇਹਦਾ ਅਸੀਂ ਸਵੇਰੇ ਦੇ ਹਿਮਾਚਲ 'ਚ ਗਏ ਹਾਂ, ਆਣ ਕੇ ਅਸੀਂ ਕੁੰਡਾ ਖੜਕਾਇਆ ਅਤੇ ਇਹਨਾਂ ਕੁੰਡਾ ਨਹੀਂ ਘਰੋਂ ਖੋਲਿਆ ਕਿਸੇ ਨੇ। ਅਸੀਂ ਗੁਆਂਢੀਆਂ ਨੇ ਮੁੰਡੇ ਕੇ ਸੰਨੀ ਨੂੰ ਬੁਲਾਇਆ ਅਤੇ ਉਹਨੇ ਆਣ ਕੁੰਡਾ ਕੁੰਡਾ ਦੇ ਜਾ ਕੇ ਦੇਖਿਆ ਅਤੇ ਇਹਨੇ ਪਾ ਲਿਆ। ਸਰ ਮ੍ਰਿਤਕ ਦੀ ਪਹਿਚਾਣ ਕੀ ਹੈ ਜੀ? ਹਾਂਜੀ, ਨਾਮ ਆਪਦਾ? ਮੇਰਾ ਨਾਂ ਹੈਗਾ ਰੋਬਨ ਜੀ। ਸਰ ਸੁਸਾਈਡ ਨੋਟ ਵਗੈਰਾ ਨਿਕਲੇ? ਨਹੀਂ ਸਰ, ਅਸੀਂ ਸਾਰੇ ਲਾਗੇ ਜਿੱਥੇ ਵਿਆਹ ਵਾ ਸਾਰੀ ਤਲਾਸ਼ੀ ਕੀਤੀ, ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ।